ਅੱਜ ਦੀਆਂ ਖਬਰਾਂ ਵਾਲਾ ਇਹ ਤੇ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਦੇ ਵਿੱਚ ਕਾਫੀ ਜਿਹੜਾ ਆ ਲੋਕਾਂ ਦਾ ਗੁੱਸਾ ਹੈਗਾ ਆ ਖਾਸ ਕਰਕੇ এনवायरमेंटਲਿਸਟਾਂ ਪਈ ਕੈਲੀਫੋਰਨੀਆ ਸੋਕੇ ਵਾਲੀ ਸਟੇਟ ਸੀ ਕਿਉਂ ਨਹੀਂ ਸਟੇਟ ਨੇ ਵਰਕਆਊਟ ਕੀਤਾ ਪਈ ਇੰਨਾ ਜ਼ਿਆਦਾ ਮੀਂਹ ਪਿਆ ਜਿਸ ਨੂੰ ਸੇਵ ਕੀਤਾ ਜਾਂਦਾ ਨਾ ਕਿ ਉਹ ਸਾਰੇ ਦਾ ਸਾਰਾ ਪਾਣੀ ਲਗਭਗ 95% ਉਹ ਸਮੁੰਦਰ ਦੇ ਵਿੱਚ ਜਾਂਦਾ एनवायरनमेंटलिस्ट ਨੇ ਇਹ ਕਿਹਾ ਕਿ ਸਾਡਾ ਮੇਨ ਮਕਸਦ ਸੈਕਰਮੈਂਟੋ ਸਨਵੇ ਕੀ ਨੀਵਰ ਡੈਲਟਾ ਦੇ ਵਿੱਚ ਇੰਪੀਰੀਅਲ ਫਿਸ਼ ਨੂੰ ਸੇਵ ਕਰਨ ਦਾ ਸੀਗਾ ਪਰ ਜੋ ਲਾ ਮੇਕਰਸ ਆ ਉਹ ਇਸ ਨੂੰ ਬਚਾਉਣ 'ਚ ਕਾਮਯਾਬ ਨਹੀਂ ਹੋਏ ਹੈਗੇ ਉਹਨਾਂ ਨੇ ਬਲਕਿ 12 ਦੇ ਕਰੀਬ ਜੋ ਲੈਜਿਸਲੇਟਰਸ ਹੈਗੇ ਆ ਉਹਨਾਂ ਨੇ ਖਾਸ ਕਰਕੇ ਐਗਰੀਕਲਚਰ ਰੀਜਨ ਆਫ ਸੈਂਟਰ ਵੈਲੀ ਦੇ ਇੱਕ ਲੈਟਰ ਵੀ ਲਿਖਿਆ ਹੈਗਾ ਜਿਹਦੇ ਵਿੱਚ ਕਿਹਾ ਵੀ ਸਾਨੂੰ ਪਾਣੀ ਦੀ ਬਹੁਤ ਜ਼ਰੂਰਤ ਸੀ ਅਸੈਂਬਲੀ ਮੈਂਬਰ ਵਿਨਸ ਫੌਂਗ ਰਿਪਬਲਿਕਨ ਆ ਬੇਕਰਸਫੀਲਡ ਤੋਂ ਉਹਨਾਂ ਨੇ ਗਵਰਨਰ ਗੈਬੋਨਿਊਸਮ ਉਹਨਾਂ ਨੂੰ ਲੈਟਰ ਲਿਖਿਆ ਕਿ ਐਟਮੋਸਫੇਅਰਿਕ ਰਿਵਰ ਇੰਨੇ ਆਏ ਆ ਟ੍ਰਿਲੀਅਨਸ ਆਫ ਗੈਲਨ ਆਫ ਵਾਟਰ ਜਿਹੜਾ ਇੱਥੇ ਮੀਂਹ ਦੇ ਰਹੀਂ ਆਇਆ ਆ ਪਰ ਤੁਸੀਂ 95% ਇਨਕਮਿੰਗ ਵਾਟਰ ਨੂੰ ਸੇਵ ਨਹੀਂ ਕਰ ਸਕੇ ਸਾਰੇ ਦਾ ਸਾਰਾ ਪੈਸੀਫਿਕ ਓਸ਼ਨ ਦੇ ਵਿੱਚ ਗਿਆ ਹੈ ਇਹ ਯੂ ਐਸ ਬੀਰੋ ਆਫ ਰੈਕਲਮੇਸ਼ਨ ਉਹਨਾਂ ਨੇ ਵੀ ਇਹ ਕਿਹਾ ਹੈਗਾ ਸੋ ਜੋ ਲਾ ਮੇਕਰਸ ਆ ਉਹਨਾਂ ਨੂੰ ਕਾਲ ਕੀਤੀ ਗਈ ਆ ਕਿ ਇਸ ਇਸ਼ੂ ਤੇ ਡੀਬੇਟ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈਗਾ ਇਹ ਸੈਨੀਟਰ ਜੋ ਸਟੇਟ ਦੇ ਮਲਿਸਾ ਹਰਟਾਡੋ ਆ ਸੰਗਰਦੋਂ ਤੇ ਅਸੈਂਬਲੀ ਮੈਂਬਰ ਜਸਮੀਤ ਬੈਂਸ ਡੈਮੋਕ੍ਰੇਟ ਆ ਬੇਕਰਸਫੀਲਡ ਤੋਂ ਉਹਨਾਂ ਨੇ ਵੀ ਜਿਹੜਾ ਲੈਟਰ ਆ ਉਹ ਹੋ ਗਵਰਨਰ ਨੂੰ ਲਿਖਿਆ ਹੈਗਾ ਜੀ ਬਿਲਕੁਲ ਸੋ ਇੱਕ ਆ ਪਹਿਲ ਕਦਮੀ ਆ ਲਾ ਮੇਕਰਸ ਦੀ ਤੇ ਆਈ ਥਿੰਕ ਇਹ ਬਹੁਤ ਅਤ ਜ਼ਰੂਰੀ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਔੜਾਂ ਦੇ ਵਿੱਚ ਸੋਕੇ ਦੇ ਵਿੱਚ ਕੈਲੀਫੋਰਨੀਆ ਨੂੰ ਬਚਾ ਕੇ ਰੱਖਣਾ ਆ ਤਾਂ ਭਾਈ ਪਾਣੀ ਜਿਹੜਾ ਉਹ ਸਟੋਰ ਕਿਦਾਂ ਹੋਵੇ ਜਿਆਦਾ ਕਿਦਾਂ ਬਚਾ ਕੇ ਰੱਖਿਆ ਜਾ ਸਕਦਾ ਆ ਉਸ ਉੱਤੇ ਜਿਹੜਾ ਜ਼ੋਰ ਦੇਣ ਦੀ ਲੋੜ ਆ ਇਹ ਵਨ ਆਫ ਦੋਸ ਸੀਜ਼ਨ ਸੀਗੇ ਜਦੋਂ ਬਹੁਤ ਜ਼ਿਆਦਾ ਮੀਂਹ ਜਿਹੜਾ ਪਿਆ ਆ ਹਰ ਸਾਲ ਇਦਾਂ ਦਾ ਮਾਹੌਲ ਤਾਂ ਨਹੀਂ ਰਹਿਣਾ ਬਹੁਤਾ ਸਮਾਂ ਜਿਹੜੀ ਉਹ ਔੜ ਹੀ ਸੋਕਾ ਹੀ ਜਿਹੜਾ ਉਹ ਰਹਿੰਦਾ ਆ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਦੇ ਵਿੱਚ ਕਾਫੀ ਜਿਹੜਾ ਆ ਲੋਕਾਂ ਦਾ ਗੁੱਸਾ ਹੈਗਾ ਆ ਖਾਸ ਕਰਕੇ এনवायरमेंटਲਿਸਟਾਂ ਭਈ ਕੈਲੀਫੋਰਨੀਆ ਸੋਕੇ ਵਾਲੀ ਸਟੇਟ ਸੀ ਕਿਉਂ ਨਹੀਂ ਸਟੇਟ ਨੇ ਵਰਕਆਊਟ ਕੀਤਾ ਭਈ ਇੰਨਾ ਜ਼ਿਆਦਾ ਮੀਂਹ ਪਿਆ ਜਿਸ ਨੂੰ ਸੇਵ ਕੀਤਾ ਜਾਂਦਾ ਨਾ ਕਿ ਉਹ ਸਾਰੇ ਦਾ ਸਾਰਾ ਪਾਣੀ ਲਗਭਗ 95% ਉਹ ਸਮੁੰਦਰ ਦੇ ਵਿੱਚ ਜਾਂਦਾ एनवायरनमेंटलिस्ट ਨੇ ਇਹ ਕਿਹਾ ਵੀ ਸਾਡਾ ਮੇਨ ਮਕਸਦ ਸੈਕਰਾਮੈਂਟੋ ਸਨ ਮੈਕੀਨ ਰਿਵਰ ਡੈਲਟਾ ਦੇ ਵਿੱਚ ਇੰਪੀਰੀਅਲ ਫਿਸ਼ ਨੂੰ ਸੇਵ ਕਰਨ ਦਾ ਸੀਗਾ ਪਰ ਜੋ ਲਾ ਮੇਕਰਸ ਆ ਉਹ ਇਸ ਨੂੰ ਬਚਾਉਣ 'ਚ ਕਾਮਯਾਬ ਨਹੀਂ ਹੋਏ ਹੈਗੇ ਉਹਨਾਂ ਨੇ ਬਲਕਿ 12 ਦੇ ਕਰੀਬ ਜੋ ਲੈਜਿਸਲੇਟਰਸ ਹੈਗੇ ਆ ਉਹਨਾਂ ਨੇ ਖਾਸ ਕਰਕੇ ਐਗਰੀਕਲਚਰ ਰੀਜਨ ਆਫ ਸੈਂਟਰ ਵੈਲੀ ਦੇ ਇੱਕ ਲੈਟਰ ਵੀ ਲਿਖਿਆ ਹੈਗਾ ਜਿਹਦੇ ਵਿੱਚ ਕਿਹਾ ਕਿ ਸਾਨੂੰ ਪਾਣੀ ਦੀ ਬਹੁਤ ਜ਼ਰੂਰਤ ਸੀ ਅਸੈਂਬਲੀ ਮੈਂਬਰ ਵਿਨਸ ਫੌਂਗ ਰਿਪਬਲਿਕਨ ਆ ਬੇਕਰਸਫੀਲਡ ਤੋਂ ਉਹਨਾਂ ਨੇ ਗਵਰਨਰ ਗੈਬਨ ਨੂੰ ਸਮ ਉਹਨਾਂ ਨੂੰ ਲੈਟਰ ਲਿਖਿਆ ਕਿ ਐਟਮੋਸਫੇਰਿਕ ਰੇਨ ਇੰਨੇ ਆਏ ਆ ਟ੍ਰਿਲੀయన్స్ ਆਫ ਗੈਲਨ ਆਫ ਵਾਟਰ ਜਿਹੜਾ ਇੱਥੇ ਮੀਂਹ ਦੇ ਰਹੀਂ ਆਇਆ ਆ ਪਰ ਤੁਸੀਂ 95% ਇਨਕਮਿੰਗ ਵਾਟਰ ਨੂੰ ਸੇਵ ਨਹੀਂ ਕਰ ਸਕੇ ਸਾਰੇ ਦਾ ਸਾਰਾ ਪੈਸੀਫਿਕ ਓਸ਼ਨ ਦੇ ਵਿੱਚ ਗਿਆ ਹੈ ਇਹ ਯੂ ਐਸ ਬੀਰੋ ਆਫ ਰੈਕਲਮੇਸ਼ਨ ਉਹਨਾਂ ਨੇ ਵੀ ਇਹ ਕਿਹਾ ਹੈਗਾ ਸੋ ਜੋ ਲਾ ਮੇਕਰਸ ਆ ਉਹਨਾਂ ਨੂੰ ਕਾਲ ਕੀਤੀ ਗਈ ਆ ਕਿ ਇਸ ਇਸ਼ੂ ਤੇ ਡੀਬੇਟ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈਗਾ ਇਹ ਸੈਨੀਟਰ ਜੋ ਸਟੇਟ ਦੇ ਮਲਿਸਾ ਹਰਟਾਡੋ ਆ ਸੰਗਰਦੋਂ ਤੇ ਅਸੈਂਬਲੀ ਮੈਂਬਰ ਜਸਮੀਤ ਵੈਂਸ ਡੈਮੋਕ੍ਰੇਟ ਆ ਬੇਕਰਸਫੀਲਡ ਤੋਂ ਉਹਨਾਂ ਨੇ ਵੀ ਜਿਹੜਾ ਲੈਟਰ ਆ ਉਹ ਹੋ ਗਵਰਨਰ ਨੂੰ ਲਿਖਿਆ ਹੈਗਾ ਜੀ ਬਿਲਕੁਲ ਸੋ ਇੱਕ ਆ ਪਹਿਲ ਕਦਮੀ ਆ ਲਾ ਮੇਕਰਸ ਦੀ ਤੇ ਆਈ ਥਿੰਕ ਇੱਕ ਬਹੁਤ ਅਤ ਜ਼ਰੂਰੀ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆ ਔੜਾਂ ਦੇ ਵਿੱਚ ਸੋਕੇ ਦੇ ਵਿੱਚ ਕੈਲੀਫੋਰਨੀਆ ਨੂੰ ਬਚਾ ਕੇ ਰੱਖਣਾ ਆ ਤਾਂ ਭਾਈ ਪਾਣੀ ਜਿਹੜਾ ਉਹ ਸਟੋਰ ਕਿਦਾਂ ਹੋਵੇ ਜਿਆਦਾ ਕਿਦਾਂ ਬਚਾ ਕੇ ਰੱਖਿਆ ਜਾ ਸਕਦਾ ਆ ਉਸ ਉੱਤੇ ਜਿਹੜਾ ਜ਼ੋਰ ਦੇਣ ਦੀ ਲੋੜ ਆ ਇਹ ਵਨ ਆਫ ਦੋਸ ਸੀਜ਼ਨ ਸੀਗੇ ਜਦੋਂ ਬਹੁਤ ਜ਼ਿਆਦਾ ਮੀਂਹ ਜਿਹੜਾ ਪਿਆ ਆ ਹਰ ਸਾਲ ਇਦਾਂ ਦਾ ਮਾਹੌਲ ਤਾਂ ਨਹੀਂ ਰਹਿਣਾ ਬਹੁਤਾ ਸਮਾਂ ਜਿਹੜੀ ਉਹ ਔੜ ਹੀ ਸੋਕਾ ਹੀ ਜਿਹੜਾ ਉਹ ਰਹਿੰਦਾ